ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਵਾਪਸ ਪਰਤਦੇ ਇਨ੍ਹਾਂ ਲੋਕਾਂ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ, ਜਿੱਥੇ ਚੱਲਦੇ ਹੋਏ ਕੈਂਟਰ ਦੀ ਅਚਾਨਕ ਬ੍ਰੇਕ ਫੇਲ ਹੋ ਗਈ ਤੇ ਕੈਂਟਰ ਸੜਕ ਤੇ ਹੀ ਪਲਟ ਗਿਆ, ਜਿਸ ਕਾਰਨ ਇਸ ਕੈਂਟਰ 'ਚ ਸਵਾਰ ਕਈ ਲੋਕ ਜ਼ਖਮੀ ਹੋਏ ਨੇ, ਜਦਕਿ 3 ਲੋਕਾਂ ਦੀ ਥਾਂ ਹੀ ਮੌਤ ਹੋ ਗਈ ਹੈ। ਜਾਣਕਾਰੀ ਦੇ ਮੁਤਾਬਿਕ ਗੜਸ਼ੰਕਰ ਦੇ ਨਾਲ ਲੱਗਦੇ ਪਿੰਡ ਟੋਰੋਵਾਲ 'ਚ ਇੱਕ ਕੈਂਟਰ ਪਲਟਿਆ, ਜੋ ਕਿ ਪਿੰਡ ਉੱਡਨ ਜ਼ਿਲ੍ਹਾ ਰਾਜਪੁਰਾ ਦੀ ਸੰਗਤ ਨੂੰ ਲੈ ਕੇ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ। ਰਾਹ ਦੇ ਵਿੱਚ ਹੀ ਕੈਂਟਰ ਦੀ ਬ੍ਰੇਕ ਫੇਲ ਹੋ ਗਈ ਤੇ ਕੈਂਟਰ ਸੜਕ ਤੇ ਹੀ ਪਲਟ ਗਿਆ, ਜਿਸ ਦੌਰਾਨ 3 ਲੋਕਾਂ ਦੀ ਥਾਂ ਹੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋਏ ਨੇ। ਦੱਸਿਆ ਜਾ ਰਿਹਾ ਹੈ ਕਿ ਕੈਂਟਰ ਦੇ ਵਿੱਚ 50 ਤੋਂ 60 ਲੋਕ ਸਵਾਰ ਸਨ, ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਕਈਆਂ ਦੀ ਹਾਲਤ ਨਾਜ਼ੁਕ ਹੈ, ਜਦਕਿ 3 ਲੋਕਾਂ ਦੀ ਇੱਥੇ ਮੌਤ ਹੋ ਚੁੱਕੀ ਹੈ। ਉਧਰ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਛਾਣਬੀਨ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਕੈਂਟਰ ਪਲਟਿਆ ਕਿਵੇਂ ਹੈ ਤੇ ਬ੍ਰੇਕ ਫੇਲ ਕਿਵੇਂ ਹੋਈ। ਹਾਲਾਂਕਿ ਇੱਥੇ ਚਾਲਕ ਦਾ ਵੀ ਕਹਿਣਾ ਹੈ ਕਿ ਬ੍ਰੇਕ ਅਚਾਨਕ ਹੀ ਫੇਲ ਹੋ ਗਈ ਸੀ। ਇਸ ਕੈਂਟਰ ਦੇ ਵਿੱਚ ਸਵਾਰ ਸੰਗਤ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਹ ਆਪਣੇ ਪਿੰਡ ਤੋਂ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਦੇ ਲਈ ਗਏ ਸਨ, ਤਾਂ ਉੱਥੇ ਰਾਹ ਦੇ ਵਿੱਚ ਹੀ ਇਸ ਕੈਂਟਰ ਦੀ ਅਚਾਨਕ ਬ੍ਰੇਕ ਫੇਲ ਹੋ ਗਈ। ਬ੍ਰੇਕ ਨਾ ਲੱਗਣ ਕਾਰਨ ਇਹ ਕੈਂਟਰ ਤੇਜ਼ ਰਫ਼ਤਾਰ ਦੇ ਵਿੱਚ ਸੀ ਤੇ ਪਲਟ ਗਿਆ, ਜਿਸ ਕਰਕੇ 3 ਲੋਕਾਂ ਦੀ ਮੌਤ ਹੋਈ ਤੇ ਕਈ ਲੋਕ ਜ਼ਖਮੀ ਹੋ ਗਏ ਨੇ। ਉਧਰ ਮ੍ਰਿਤਕਾਂ ਦੇ ਘਰਾਂ ਵਿੱਚ ਵੀ ਮਾਤਮ ਪਸਰਿਆ ਹੋਇਆ ਹੈ, ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹ ਸੰਗਤ ਖੁਰਾਲਗੜ੍ਹ ਤੋਂ ਵੀ ਆਪਣਾ ਬੱਲਾਂ 'ਚ ਜਾ ਰਹੀ ਸੀਗੀ ਜੀ, ਅਚਾਨਕ ਬ੍ਰੇਕ ਫੇਲ ਹੋਣ ਕਰਕੇ ਗੱਡੀ ਬੇਕੰਟਰੋਲ ਹੋ ਗਈ। ਕੈਂਟਰ ਹੈ ਜੀ, ਸੰਗਤ ਹੈ ਜੀ 40-50 ਬੰਦੇ, 60 ਜਾਨੀ ਨੁਕਸਾਨ ਦਾ, 3 ਮੌਤਾਂ ਜ਼ਖਮੀ ਤੁਹਾਡੇ ਸਾਹਮਣੇ ਪਏ ਜੀ, ਕੁਛ ਪੀ ਜੀ ਆਈ ਪਏ ਹੈ, 3 ਹੋਸਪਿਟਲ ਪਿੱਛੇ ਪਏ ਹੈ ਕੁਛ। ਹਾਂਜੀ ਕੈਂਟਰ ਪਲਟ ਗਿਆ ਜੀ। ਮੇਰਾ ਨਾਮ ਰਾਮ ਸਿੰਘ ਹੈ ਜੀ, ਪਿੰਡ ਉੜਦਨ ਹੈ ਜੀ, ਜ਼ਿਲ੍ਹਾ ਪਟਿਆਲਾ, ਤਹਿਸੀਲ ਰਾਜਪੁਰਾ ਜੀ। ਇਹ ਆਪਣਾ ਖੁਰਾਲਗੜ੍ਹ ਜਾ ਰਹੇ ਤੇ ਜੀ, ਖੁਰਾਲਗੜ੍ਹ 'ਤੇ ਆਉਂਦੇ ਹੋਏ ਮੱਥਾ ਟੇਕਿਆ ਜੀ, ਗੱਡੀ ਆ ਰਹੀ ਸੀ, ਗੱਡੀ ਕੀ ਬ੍ਰੇਕ ਫੇਲ ਹੋਣ ਕਾਰਨ ਤਾਂ ਇਹ ਹਾਦਸਾ ਵਾਪਰਿਆ ਜੀ। ਸਰਕਾਰ ਨੂੰ ਇਹੀ ਕਹਾਂ ਜੀ, ਗਰੀਬ ਲੋਕ ਹੈ, ਦੇਖੋ ਇਹਨਾਂ ਦਾ ਜੋ ਵੀ ਹੈ ਜਾਂ ਮਾੜਾ ਮੋਟਾ ਦਵਾਈ ਬੂਟੀ ਆਪਣਾ ਕਰਿਆ ਜਾ ਜੀ, ਇਸ 'ਤੇ ਉੱਪਰ ਕਿਆ ਕਰ ਸਕਾਂ ਜੀ। 3 ਮੌਤਾਂ ਹੋ ਗਈਆਂ ਜੀ, ਸਾਨੂੰ ਪਤਾ ਹੀ ਹੈ। ਹਾਂ ਜੀ, ਤਹਿਸੀਲ ਰਾਜਪੁਰਾ, ਪਿੰਡ ਉੜਦਨ ਹੈ ਜੀ, ਆਪਣਾ ਉੜਦਨ ਕੀ ਸੰਗਤ ਹੈ, ਠੀਕ ਹੈ ਜੀ। ਬਾਕੀ ਸਾਰੇ ਸਾਹਮਣਾ ਜੀ ਦੇਖੋ, ਹਸਪਤਾਲ ਦੇ ਵਿੱਚ ਸਾਰੇ ਪਏ ਹੈ ਜੀ, ਇਹ ਮੌਕਾ ਜ਼ਰੂਰ ਹੋਣਾ ਚਾਹੀਦਾ।